ਅੱਜ ਆਮ ਆਦਮੀ ਪਾਰਟੀ ਦੀ ਨੈਸ਼ਨਲ ਐਗਜ਼ੈਕਟਿਵ ਦੀ ਮੀਟਿੰਗ ਹੋਈ ਔਰ ਲਗਭਗ 2 ਘੰਟੇ ਉਹ ਮੀਟਿੰਗ ਚੱਲੀ। ਹਰੇਕ ਸਟੇਟ ਦੇ ਜਿਹੜੇ ਕਨਵੀਨਰ ਪਲੱਸ ਜਿਹੜੇ ਨੈਸ਼ਨਲ ਐਗਜ਼ੈਕਟਿਵ ਦੇ ਮੈਂਬਰ ਨੇ ਅਪੁਆਇੰਟਡ ਉਹ ਉੱਥੇ ਆਏ ਔਰ ਲੋਕ ਸਭਾ ਚੋਣਾਂ ਜਿਹੜੀਆਂ ਆਉਣ ਵਾਲੀਆਂ 2019 ਦੀ ਉਹਨਾਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਹੋਈ। ਦੇਸ਼ ਦੇ ਜਿਹੜੇ ਅੱਜ ਦੇ ਹਾਲਾਤ ਨੇ ਪੋਲੀਟੀਕਲ, ਉਹਨਾਂ 'ਤੇ ਚਿੰਤਾ, ਜੋ ਨਫ਼ਰਤ ਦੀ ਰਾਜਨੀਤੀ, ਜੋ ਫਿਰਕਾ ਪ੍ਰਸਤੀ ਦੀ ਰਾਜਨੀਤੀ BJP ਨੇ ਜੋ ਸ਼ੁਰੂ ਕੀਤੀ ਹੋਈ ਹੈ ਪਿਛਲੇ 4.5 ਸਾਲ ਤੋਂ, ਉਹਦੇ 'ਤੇ ਖੁੱਲ੍ਹ ਕੇ ਵਿਚਾਰਾਂ ਹੋਈਆਂ ਅਤੇ ਚਿੰਤਾ ਪ੍ਰਗਟ ਕੀਤੀ ਗਈ ਕਿ ਦੇਸ਼ ਜੋ ਹੈ ਉਹ ਗਲਤ ਪਾਸੇ ਨੂੰ ਜਾ ਰਿਹਾ ਹੈ। ਜਿਹੜੀ BJP ਦੀ ਜਿਹੜੀ ਏਜੰਡਾ ਜਿਹੜਾ ਉਹ ਬਹੁਤ ਖਤਰਨਾਕ ਹੈ, ਉਹ ਦੇਸ਼ ਨੂੰ ਤੋੜਨ ਵਾਲਾ ਜਿਹੜਾ ਏਜੰਡਾ ਉਹਨਾਂ ਦਾ। ਔਰ ਆਮ ਆਦਮੀ ਪਾਰਟੀ ਦਾ ਜਿਹੜਾ ਸੰਗਠਨ ਹੈ ਉਹਨੂੰ ਸਟੇਟਾਂ ਦੇ ਵਿੱਚ ਹੋਰ ਮਜ਼ਬੂਤ ਕੀਤਾ ਜਾਊਗਾ ਔਰ ਜੋ ਵੀ ਉਹ ਸੰਗਠਨ ਦੇ ਵਿੱਚ ਜ਼ਿੰਮੇਦਾਰੀਆਂ ਜਿਹੜੀਆਂ ਦਿੱਤੀਆਂ ਜਾਣਗੀਆਂ ਉਹਨਾਂ ਲੋਕਾਂ ਨੂੰ, ਜਿਹੜੇ ਲੋਕ ਜ਼ਿੰਮੇਦਾਰੀਆਂ ਨਿਭਾਉਣ ਲਈ ਤਿਆਰ ਨੇ ਔਰ ਕਈ ਜ਼ਿੰਮੇਦਾਰੀਆਂ ਬਦਲੀਆਂ ਵੀ ਜਾ ਸਕਦੀਆਂ ਨੇ। ਸੋ ਪੰਜਾਬ ਤੋਂ ਪ੍ਰੋਫੈਸਰ ਸਾਧੂ ਸਿੰਘ ਜੀ, ਪ੍ਰਿੰਸੀਪਲ ਬੁੱਧ ਰਾਮ ਜੀ ਜਿਹੜੇ ਸਾਡੇ ਕੋਰ ਕਮੇਟੀ ਦੇ ਚੇਅਰਮੈਨ ਨੇ, MLA ਤਲਵੰਡੀ ਸਾਬੋ ਅਤੇ ਸਾਡੇ ਮਹਿਲਾ ਵਿੰਗ ਦੇ ਪੰਜਾਬ ਦੇ ਪ੍ਰਭਾਰੀ ਨੇ, ਪ੍ਰਧਾਨ ਨੇ ਪ੍ਰੋਫੈਸਰ ਬਲਜਿੰਦਰ ਕੌਰ ਜੀ ਅਤੇ ਹਰਜੋਤ ਬੈਂਸ ਜੋ ਕਿ ਸਾਡੇ ਫਾਊਂਡਰ ਮੈਂਬਰਾਂ 'ਚੋਂ ਨੇ ਜਦੋਂ ਪਾਰਟੀ ਬਣੀ ਸੀਗੀ, ਅਤੇ ਇਹਨਾਂ ਨੇ ਪਾਰਟੀਸਪੇਸ਼ਨ ਕੀਤੀ ਅੱਜ ਇੱਥੇ। ਅਤੇ ਬਾਕੀ 2019 ਦੀ ਇਲੈਕਸ਼ਨ ਜਿਹੜੀ ਆ ਉਹਨੂੰ ਅਸੀਂ ਜ਼ੋਰ ਸ਼ੋਰ ਨਾਲ ਲੜਾਂਗੇ। ਆਮ ਆਦਮੀ ਪਾਰਟੀ ਆਪਣੀਆਂ ਨੀਤੀਆਂ ਦਿੱਲੀ ਦੇ ਜਿਹੜੇ ਕੰਮ ਨੇ ਔਰ ਦਿੱਲੀ 'ਚ ਜਿਹੜੇ ਐਜੂਕੇਸ਼ਨ, ਹੈਲਥ, ਪਾਣੀ, ਬਿਜਲੀ ਦਾ ਜਿਹੜਾ ਇੱਕ ਬਹੁਤ ਹੀ 70 ਸਾਲ ਦੀ ਆਜ਼ਾਦੀ ਤੋਂ ਬਾਅਦ ਸ਼ਾਇਦ ਕਿਸੇ ਸਟੇਟ ਦੇ ਵਿੱਚ ਇਸ ਤਰ੍ਹਾਂ ਦਾ ਵਿਕਾਸ ਨਹੀਂ ਹੋਇਆ, ਉਹਨੂੰ ਅਸੀਂ ਲੈ ਕੇ ਜਾਵਾਂਗੇ ਘਰ ਘਰ ਔਰ ਅੱਛੇ ਰਿਜ਼ਲਟ ਜਿਹੜੇ ਨੇ ਅਸੀਂ ਉਮੀਦ ਕਰਾਂਗੇ। ਵੈਸੇ ਤਾਂ ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ, ਲੋਕਤੰਤਰ 'ਚ ਮਾਲਕ ਜਿਹੜਾ ਉਹ ਲੋਕ ਨੇ, ਪਬਲਿਕ ਹੈ। ਅਸੀਂ ਆਪਣੇ ਵੱਲੋਂ ਬੈਸਟ ਐਫਰਟਸ ਕਰਾਂਗੇ, ਅਸੀਂ ਸਾਰੇ ਮਿਹਨਤ 'ਚ ਕੋਈ ਕਮੀ ਨਹੀਂ ਛੱਡਾਂਗੇ ਔਰ ਪਾਰਟੀ ਨੂੰ ਹੋਰ ਸੰਗਠਨ ਦਾ ਮਜ਼ਬੂਤ, ਪੰਜਾਬ ਦਾ ਵੀ, ਹਰਿਆਣੇ ਦਾ ਵੀ, ਦਿੱਲੀ ਦਾ ਵੀ, ਛੱਤੀਸਗੜ੍ਹ ਤੋਂ ਆਏ ਲੋਕ, ਮਹਾਰਾਸ਼ਟਰ ਤੋਂ ਆਏ ਔਰ ਉਹਨਾਂ ਨੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ, ਆਪਣੇ ਆਪਣੇ ਸਟੇਟਾਂ ਦਾ ਜਿਹੜਾ ਸਮੀਕਰਨ ਦੱਸੇ ਨੇ। ਸੋ ਇਸ ਗੱਲ 'ਤੇ ਵਿਚਾਰਾਂ ਹੋਈਆਂ। ਕੱਲ੍ਹ ਨੂੰ ਨੈਸ਼ਨਲ ਕੌਂਸਲ ਦੇ ਵਿੱਚ ਜਿਹੜੀ ਕੱਲ੍ਹ ਨੂੰ NC ਹੋ ਰਹੀ ਹੈ, ਉਹਦੇ ਵਿੱਚ ਵੀ ਅਸੀਂ ਜਿਹੜਾ ਖਾਸ ਤੌਰ 'ਤੇ ਜਿਹੜਾ ਕਾਂਗਰਸ ਨੇ ਇੱਕ ਨਵਾਂ ਜਿਹੜਾ ਪੈਂਤੜਾ ਅਪਣਾਇਆ ਹੋਇਆ, ਜੋ ਪੰਜਾਬ ਦੇ ਵਿੱਚ ਵੀ ਉਹ ਇਸ ਮਾਮਲੇ 'ਚ ਬਹੁਤ ਫੇਲ ਸਾਬਤ ਹੋਏ ਨੇ, ਉਹ ਪਹਿਲਾਂ ਕਹਿੰਦੇ ਨੇ ਹਰੇਕ ਸਟੇਟ ਦੇ ਵਿੱਚ, ਇਹ ਪ੍ਰਸ਼ਾਂਤ ਕਿਸ਼ੋਰ ਦਾ ਆਈਡੀਆ ਸੀ, ਕੈਪਟਨ ਅਮਰਿੰਦਰ ਸਿੰਘ ਨੇ ਕੌਫੀ ਵਿਦ ਕੈਪਟਨ ਪ੍ਰੋਗਰਾਮ ਦੇ ਵਿੱਚ ਕਿਹਾ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਾਂਗੇ, ਪ੍ਰਾਈਵੇਟ ਬੈਂਕਾਂ ਦਾ ਵੀ, ਆੜ੍ਹਤੀਆਂ ਦਾ ਵੀ, ਕਮਿਸ਼ਨ ਏਜੰਟਾਂ ਦਾ ਔਰ ਸਰਕਾਰੀ ਬੈਂਕਾਂ ਦਾ ਵੀ। ਜਦੋਂ ਮੁੱਖ ਮੰਤਰੀ ਦੀ ਸਹੁੰ ਚੁੱਕੀ, ਉਹ ਤੋਂ ਬਾਅਦ ਉਹਨਾਂ ਨੇ ਕੰਡੀਸ਼ਨ ਅਪਲਾਈ ਵਾਲਾ ਜਿਹੜਾ ਹੁੰਦਾ ਬਿੰਦੂ, ਉਹ ਦਿਖਾਉਣਾ ਸ਼ੁਰੂ ਕਰਤਾ ਕਿ ਜੀ ਅਸੀਂ ਤਾਂ ਇਕੱਲੀਆਂ ਕੋਆਪਰੇਟ ਬੈਂਕਾਂ ਦਾ ਕਰਾਂਗੇ, ਅਸੀਂ ਤਾਂ 5 ਏਕੜ ਤੋਂ ਘੱਟ ਦੇ ਜਿਹੜੇ ਮਾਲਕ ਨੇ ਉਹਨਾਂ ਦਾ ਕਰਾਂਗੇ, 2 ਏਕੜ ਤੋਂ ਘੱਟ ਵਾਲਿਆਂ 'ਤੇ ਆ ਕੇ ਫਿਰ ਕਹਿੰਦੇ ਇਕੱਲਾ ਫਸਲੀ ਕਰਜ਼ਾ ਮਾਫ਼ ਕਰਾਂਗੇ। ਮਤਲਬ ਜੇ ਕਿਸੇ ਗਰੀਬ ਨੇ ਜ਼ਮੀਨ ਦੇ ਨੰਬਰ ਦੇ ਕੇ ਕਰਜ਼ਾ ਲੈ ਕੇ ਆਪਣੇ ਬੇਟੇ ਦੀ ਫੀਸ ਭਰਤੀ ਜਾਂ ਬੇਟੀ ਦੀ ਸ਼ਾਦੀ ਕਰਤੀ ਜਾਂ ਘਰ ਦੀ ਛੱਤ ਪਾਲੀ, ਉਹਨੂੰ ਇਹ ਕਰਜ਼ੇ ਨਹੀਂ ਮੰਨਣਗੇ। ਬਿਲਕੁਲ ਸੇਮ ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ 'ਚ ਬਿਲਕੁਲ ਸੇਮ ਪੈਟਰਨ 'ਤੇ ਆ ਗਏ, ਮੁੱਕਰ ਗਏ, ਹੁਣ ਕਹਿੰਦੇ ਵੀ ਆ ਨਹੀਂ ਕਰਾਂਗੇ, ਆ ਹੁਣ ਕੰਡੀਸ਼ਨ ਅਪਲਾਈ ਕਰਤੀਆਂ। ਸੋ ਜੇ ਇਸ ਤਰ੍ਹਾਂ ਦਾ, ਇੱਕ ਪਾਸੇ ਤਾਂ ਕਿਸਾਨ ਸਾਡਾ ਦੇਸ਼ ਦਾ ਪਹਿਲਾਂ ਹੀ ਉਹ ਧਰਨੇ ਦੇ ਰਿਹਾ, ਆਪਣੀਆਂ ਫਸਲਾਂ ਨੂੰ ਸੜਕਾਂ 'ਤੇ ਸੁੱਟ ਰਿਹਾ, ਆਲੂ ਸੁੱਟ ਰਿਹਾ, ਦੁੱਧ ਨੂੰ ਡੋਲ ਰਿਹਾ, ਉਹ ਟਮਾਟਰ ਲਈ ਬੈਠੇ ਨੇ, ਉਹਨਾਂ ਦੀਆਂ ਫਸਲਾਂ ਨਹੀਂ ਵਿਕ ਰਹੀਆਂ, ਖੁਦਕੁਸ਼ੀਆਂ ਕਰ ਰਿਹਾ। ਦੂਜੇ ਪਾਸੇ ਨਰਿੰਦਰ ਮੋਦੀ ਜੀ ਕੱਲ੍ਹ ਹਿਮਾਚਲ ਦੇ ਵਿੱਚ ਜਾ ਕੇ ਕਹਿ ਰਹੇ ਨੇ, 1 ਸਾਲ ਪੂਰਾ ਹੋਣ 'ਤੇ, ਕਿ ਕੈਪਟਨ ਅਮਰਿੰਦਰ ਨੇ ਕਿਸਾਨਾਂ ਨਾਲ ਝੂਠ ਬੋਲ ਕੇ ਸਰਕਾਰ ਬਣਾਈ ਹੈ। ਅਤੇ ਮੋਦੀ ਸਾਹਿਬ, ਤੁਸੀਂ ਕਿਸੇ ਨੂੰ ਝੂਠਾ ਕਹਿ ਰਹੇ ਹੋ? ਇਹ ਹਾਸੋਹੀਣੀ ਗੱਲ ਹੈ। ਤੁਸੀਂ ਤਾਂ ਇੰਟਰਨੈਸ਼ਨਲ ਗੱਪੀ ਦਾ ਤੁਹਾਨੂੰ ਟੈਗ ਲੱਗਿਆ, ਤੁਸੀਂ ਸਵਾਮੀਨਾਥਨ ਦੀਆਂ ਰਿਪੋਰਟਾਂ ਬਾਰੇ BJP ਦੇ ਮੈਨੀਫੈਸਟੋ 'ਚ ਕਿਹਾ ਸੀਗਾ, ਤੁਸੀਂ ਜਗ੍ਹਾ ਜਗ੍ਹਾ ਜਾ ਕੇ ਬੋਲਦੇ ਨੇ 2014 'ਚ ਸਵਾਮੀਨਾਥਨ ਦੀ ਰਿਪੋਰਟ ਕੋ ਲਾਗੂ ਕਰੇਂਗੇ, ਉਸਕੇ ਬਾਅਦ ਐਫੀਡੈਵਿਟ ਕਿਸਨੇ ਦਿਆ ਸੁਪਰੀਮ ਕੋਰਟ ਮੇਂ ਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਹੋ ਸਕਦੀ? ਮੁੱਕਰ ਗਏ 100 ਦਿਨ ਦੇ ਕਾਲੇ ਧਨ ਤੋਂ, ਮੁੱਕਰ ਗਏ 2 ਕਰੋੜ ਨੌਕਰੀਆਂ ਪੈਦਾ ਕਰਨ ਤੋਂ, ਮੁੱਕਰ ਗਏ ਮੋਦੀ ਸਾਹਿਬ। ਮੈਂ ਪਾਰਲੀਮੈਂਟ 'ਚ ਵੀ ਬੋਲਿਆ ਸੀ, ਮੋਦੀ ਸਾਹਿਬ ਦੀ ਹਰੇਕ ਸਕੀਮ 2022 ਅਤੇ 2025 ਤੱਕ ਕਿਉਂ ਜਾਂਦੀ ਹੈ? ਕੀ ਗੱਲ 19 ਇਸ ਵਾਰ ਆਉਣੀ ਨਹੀਂ, 19-20-21 ਹੈ ਨਹੀਂ ਵਿੱਚ ਕੈਲੰਡਰ ਦੇ ਇਸ ਵਾਰ? ਸੋ ਇਹ ਤੇ ਲੰਮੇ ਸੁਪਨੇ ਦਿਖਾਉਣ ਦੇ ਮਾਹਰ ਨੇ। ਸੋ 2200 ਕਰੋੜ ਰੁਪਏ ਖਰਚ ਹੋ ਗਿਆ ਮੋਦੀ ਜੀ ਦੀਆਂ ਵਿਦੇਸ਼ੀ ਯਾਤਰਾ 'ਤੇ, 1 ਰੁਪਈਏ ਦਾ ਵੀ ਦਿਖਾਉਣ ਕੋਈ ਇਨਵੈਸਟਮੈਂਟ ਆਈ ਹੋਵੇ? ਉਹ ਸਾਰੇ ਮੁਲਕ ਜਿਹੜੇ ਬਾਹਰਲੇ ਮੁਲਕਾਂ ਦੇ ਰਾਸ਼ਟਰਪਤੀ ਨੇ, ਉਹ ਹੁਣ ਇਹਨਾਂ ਦਾ ਜਦੋਂ ਇਹ ਤੁਰੇ ਆਉਂਦੇ ਹੁੰਦੇ ਨੇ, ਉਹਨੂੰ ਦੇਖ ਕੇ ਡਰ ਜਾਂਦੇ ਨੇ ਵੀ ਜੱਫੀ ਪਾਊ ਇਹ, ਹੁਣ ਸਿੱਧਾ ਉਹਨਾਂ ਦੀਆਂ ਪਸਲੀਆਂ ਮਸਲਤੀਆਂ। ਇੱਕ ਮਿੰਟ ਤੇਰੇ, ਇਹ ਮੈਂ ਕਹਿਣਾ, ਨੋ 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 ਨੋ
ਕੋਈ ਇਹਦੇ ਬਾਰੇ ਕੋਈ ਨਾ ਫੋਰਮਲ ਨਾ ਇਨਫੋਰਮਲ ਕਾਂਗਰਸ ਨਾਲ ਗਠਬੰਧਨ ਦੀ ਕੋਈ ਗੱਲ ਨਹੀਂ ਚੱਲ ਰਹੀ। ਅਸੀਂ ਪਹਿਲਾਂ ਤੋਂ ਕਹਿ ਰਹੇ ਹਾਂ, ਨੈਸ਼ਨਲ ਲੈਵਲ 'ਤੇ ਅਸੀਂ ਇੱਕ ਮੀਟਿੰਗ ਦੇ ਵਿੱਚ ਗਏ ਸੀ, ਮੈਂ ਵੀ ਸੀ ਉੱਥੇ, ਚੰਦਰਬਾਬੂ ਨਾਇਡੂ ਜੀ ਨੇ ਬੁਲਾਈ ਸੀ, 21 ਪਾਰਟੀਆਂ ਸੀ। ਸੋ ਸਾਡਾ ਕਾਂਗਰਸ ਨਾਲ ਕੋਈ ਗਠਬੰਧਨ ਫਿਲਹਾਲ ਨਾ ਫੋਰਮਲ ਨਾ ਇਨਫੋਰਮਲ ਹੋ ਰਿਹਾ। ਆਮ ਆਦਮੀ ਪਾਰਟੀ ਪੰਜਾਬ, ਹਰਿਆਣਾ, ਦਿੱਲੀ, ਗੋਆ, ਚੰਡੀਗੜ੍ਹ, ਅਸੀਂ ਆਪਦੇ ਬਲਬੂਤੇ 'ਤੇ ਲੜਨ ਦੇ ਸਕਸ਼ਮ ਹੈਗੇ ਹਾਂ ਅਸੀਂ। ਸੋ ਫਿਊਚਰ 'ਚ ਕੋਈ ਪਲਾਨਿੰਗ ਹੈਗੀ ਹੈ? ਨਾ ਜੀ, ਫਿਲਹਾਲ ਕੋਈ ਸਾਡੇ ਵੱਲੋਂ ਕੋਈ ਪਲੈਨਿੰਗ ਨਹੀਂ। ਅਸੀਂ ਦਿੱਲੀ, ਜਿਹੜਾ ਦਿੱਲੀ ਦੀਆਂ ਜਿਹੜੀਆਂ ਪੋਲਿਸੀਜ਼ ਨੇ, ਦਿੱਲੀ ਦਾ ਜਿਹੜਾ ਵਿਕਾਸ ਹੈ ਉਹ ਦਿਖਾਵਾਂਗੇ, ਨਾ ਕਿ ਗੁਜਰਾਤ ਦੇ ਝੂਠੇ ਮਾਡਲ ਦਿਖਾਵਾਂਗੇ ਜਿਵੇਂ ਮੋਦੀ ਜੀ ਨੇ ਦਿਖਾਈ ਸੀ 14 'ਚ। ਹੈਂਜੀ, ਅਭੀ ਇਸਕੇ ਬਾਰੇ ਮੈਂ ਤੋ PAC ਮੇ ਔਰ NC ਮੇ ਚਰਚਾ ਹੋਗੀ, ਵਹਾਂ ਸੇ ਕਾਰਯਕਰਤਾਓਂ ਕੇ ਅਹੁਦੇਦਾਰੋਂ ਕੇ ਜੈਸੇ ਹੀ ਸੁਝਾਵ ਆਏਂਗੇ ਉਸ ਹਿਸਾਬ ਸੇ ਫੈਸਲਾ ਕਰੇਂਗੇ। ਕਿਆ ਲਗਤਾ ਹੈ ਜਿਸ ਹਿਸਾਬ ਸੇ ਦੇਸ਼ ਮੇ ਪੂਰੇ ਮਾਹੌਲ ਚੱਲ ਰਹੇ ਹੈ ਕਿ ਮਹਾਗਠਬੰਧਨ ਕੀ ਬਾਤ ਹੋ ਰਹੀ ਹੈ, ਤੋ ਮਹਾਗਠਬੰਧਨ ਆਪ ਮਾਨਤੇ ਕਿ ਆਪ? ਦੇਖਿਏ, ਪਰਸਨਲੀ ਤੋ ਮੇਰੀ ਨਿੱਜੀ ਰਾਏ ਤੋ ਹੈ ਕਿ ਸੈਕੂਲਰ ਪਾਰਟੀਓਂ ਕੋ ਇਕੱਠੇ ਹੋਣਾ ਚਾਹੀਏ, ਜੋ ਜਿਸ BJP ਕੋ ਹਰਾ ਸਕਤਾ ਹੈ, ਜਿਸ ਰਾਜ ਮੇਂ ਮਾਈਕਰੋ ਲੈਵਲ ਪੇ ਜਾਣਾ ਚਾਹੀਏ, ਕਿਉਂਕਿ ਜੋ ਦੇਸ਼ ਕਾ ਮਾਹੌਲ ਅਬ ਹੋ ਰਹਾ ਹੈ, ਇੱਕ ਤਰਫ ਜੋ ਮੁੱਖ ਮੰਤਰੀ ਹੈ ਵੋ ਆਪਣੀ ਫੋਰਸ ਕੋ ਕਿਤਨਾ ਡੀਮੋਰਲਾਈਜ਼ ਕਰਤਾ ਹੋਗਾ ਕਿ ਗਾਏ ਕੇ ਹਥਿਆਰੋਂ ਕੇ ਬਾਰੇ ਮੇਂ ਤੋ ਪ੍ਰੈਸ PC ਕਰ ਲੀ ਜਾਤੀ ਹੈ ਔਰ ਪ੍ਰੈਸ ਨੋਟ ਜਾਰੀ ਹੋਤਾ ਹੈ। ਉਸੀ ਘਟਨਾ ਮੇਂ ਇੱਕ SHO ਮਾਰਾ, ਉਸਕੇ ਇੰਸਪੈਕਟਰ ਮਾਰਾ, ਉਸਕੇ ਬਾਰੇ ਮੇਂ ਉਸਕਾ ਨਾਮ ਵੀ ਨਹੀਂ ਲਿਆ ਜਾਤਾ, ਤੋ ਔਰ ਉਸਕੇ ਬਾਰੇ ਮੇਂ ਵੀ ਫਿਰ ਵਿਰੋਧ ਹੋ ਰਿਹਾ ਹੈ। ਨਸੀਰੁਦੀਨ ਸ਼ਾਹ ਕੁਛ ਬੋਲਦੇ ਤੋ ਟ੍ਰੋਲਿੰਗ ਚਲਤੀ ਹੈ, ਤੋ ਮਤਲਬ ਕੈਸਾ ਦੇਸ਼ ਬਣਾ ਦਿਆ। ਨਾਮ ਲਿਆ ਥਾ ਇਹਨੋਨੇ, ਵਾਅਦਾ ਕੀਆ ਥਾ ਬੁਲੇਟ ਟ੍ਰੇਨ ਕਾ, ਵਾਅਦਾ ਕੀਆ ਥਾ ਡਿਜੀਟਲ ਇੰਡੀਆ ਕਾ, ਵਾਅਦਾ ਕੀਆ ਥਾ ਮੇਕ ਇਨ ਇੰਡੀਆ। ਸਰਦਾਰ ਪਟੇਲ ਕੀ ਮੂਰਤੀ ਚਾਈਨਾ ਸੇ ਬਣਾ ਕੇ ਲਾ ਰਹੇ ਹੈ, ਬੁਲਟ ਟ੍ਰੇਨ ਜਪਾਨ ਸੇ ਲਾ ਰਹੇ ਹੈ, ਹਮਾਰੇ ਨੌਜਵਾਨੋਂ ਕੋ ਕਹਿ ਰਹੇ ਪਕੌੜੇ ਬਣਾਓ ਤੁਮ, ਬਾਕੀ ਕਾਮ ਹਮ ਉਧਰ ਸੇ ਲੇਂਗੇ। ਤੋ ਕੌਨ ਸਾ ਮੇਕ ਇਨ ਇੰਡੀਆ ਯੇ, ਕੌਨ ਸਾ ਡਿਜੀਟਲ ਇੰਡੀਆ, ਗਾਏ ਭੈਂਸ ਬੱਕਰੀ ਕਹਾਂ ਸੇ ਆ ਗਈ? ਅਬ ਮੁਝੇ ਯੇ ਬਤਾਈਏ, ਹਮ ਕਿਆ ਪਹਿਨਨੇ ਵਾਲੇ ਹੈ ਔਰ ਕਿਆ ਖਾਨੇ ਵਾਲੇ ਹੈ, ਕਿਆ ਯੇ ਵੀ ਨਾਗਪੁਰ ਕੇ ਆਫਿਸ ਵਾਲੇ ਬਤਾਨੇ ਵਾਲੇ ਹੈ? ਮੋਦੀ ਜੀ ਆਪ 5-6 ਮਹੀਨੇ ਮੇਂ ਜਾਣੇ ਵਾਲੇ ਹੈ, ਜਾਤੇ ਜਾਤੇ ਤੋ ਬਤਾ ਦੋ ਅੱਛੇ ਦਿਨ ਕਬ ਆਨੇ ਵਾਲੇ। ਸਵਾਲ ਇਹ ਹੈ ਕਿ ਰਾਏ ਸ਼ੁਮਾਰੀ ਵੀ ਹੋਈ ਹੋਗੀ, ਅੰਦਰ ਬਾਤ ਹੋਈ, ਬਹੁਤ ਲੋਕਾਂ ਨੇ ਕਿਸਾਨੋਂ ਕੀ ਜੋ ਹਾਲਤ ਹੈ ਉਸਕੋ ਆਪਣੀ ਰਾਏ, ਔਰ ਆਪ ਐਸੇ ਸਟੇਟ ਚਾਹਤੇ ਜਾਂ ਕਿਸਾਨੋਂ ਕਾ ਹੀ ਪੂਰਾ ਮੁੱਦਾ ਸਬਸੇ ਅਹਿਮ ਹੈ, ਐਸੇ ਮੇਂ ਕਿਆ ਕਾਂਗਰਸ ਕੇ ਸਾਥ, ਅਗਰ ਆਪਨੇ ਕਹਾ ਅਭੀ ਨਹੀਂ ਹੈ ਲੇਕਿਨ ਅਗਰ ਗਠਬੰਧਨ ਹੋਤਾ ਹੈ ਤੋ ਕਿਆ ਆਤਮਘਾਤੀ ਸਿੱਧ ਨਹੀਂ ਹੋਗਾ, ਆਪ ਲੋਗੋਂ ਕੇ ਲੀਏ ਸਾਬਿਤ ਨਹੀਂ ਹੋਗਾ ਆਤਮਘਾਤੀ, ਕਿਉਂਕਿ ਆਪ ਲੋਗ ਉਨ੍ਹੀਂ ਕੇ ਪੂਰੀ ਦੇ ਭਾਈ ਸਾਹਿਬ, ਆਪ ਤੋ ਗਠਬੰਧਨ ਕਰਵਾ ਕੇ ਬੈਠੇ ਹੈ। ਮੈਂ ਕਹਿ ਰਹਾ ਹੂੰ, ਹੋ ਜਾਣਾ ਬਾਤ ਚੱਲੀ ਰਹੀ, ਅਗਰ ਅਗਰ ਮੇਰੀ ਚਾਚੀ ਕੇ ਮੁੱਛੋਂ ਹੁੰਦੀ ਤਾਂ ਮੈਂ ਚਾਚਾ ਕਹਿਤਾ ਉਸਕੋ, ਅਗਰ ਥੋੜ੍ਹੀ ਹੋਤਾ ਯਾਰ ਕੁਛ, ਹਾਈਪੋਥੈਟੀਕਲ ਕੁਐਸਚਨ ਹੈ, ਕੋਈ ਐਸੀ ਸੰਭਾਵਨਾ ਹੈ ਹੀ ਨਹੀਂ, ਕੋਈ ਐਸੀ। ਭਾਈ ਸਾਹਿਬ ਇੱਕ ਮਿੰਟ, ਪੰਜਾਬ ਮੇਂ ਇੱਕ ਮਿੰਟ, ਇੱਕ ਮਿੰਟ, ਇੱਕ ਮਿੰਟ, ਇੱਕ ਮਿੰਟ, ਇੱਕ ਮਿੰਟ, ਪੰਜਾਬ ਮੇਂ ਆਮ ਆਦਮੀ ਪਾਰਟੀ ਵਿਪਕਸ਼ ਮੇਂ ਹੈ, ਕਾਂਗਰਸ ਔਰ ਕਾਂਗਰਸ ਸਰਕਾਰ ਮੇਂ ਹੈ। ਅਗਰ ਭਾਈ ਸਾਹਿਬ ਕਭੀ ਆਪਨੇ ਸੁਣਾ ਹੈ ਕਿ ਵਿਪਕਸ਼ ਔਰ ਸਰਕਾਰ ਇਕੱਠੇ ਲੜੇਂਗੇ, ਤੋ ਫਿਰ ਹਮ ਉਸਕੇ ਬਾਅਦ ਕਿਆ 3.5 ਸਾਲ ਲੋਕੋਂ ਮੇਂ ਕਿਆ ਮੂੰਹ ਲੈ ਕੇ ਜਾਏਂਗੇ ਹਮ? ਠੀਕ ਹੈ, ਇਹ ਬਣਾ ਲਓ ਹੈਡਲਾਈਨ। ਭਾਜੀ ਤੁਸੀਂ ਆਪਕੋ ਮਿਲ ਗਿਆ ਸਮਾਨ ਨਾ, ਤੁਮ ਜਾ ਨਿਕਲ ਜਾ। ਭਾਜੀ ਤੁਸੀਂ ਕਿਹਾ ਸੈਕੂਲਰ ਪਾਰਟੀਆਂ ਇਕੱਠੀਆਂ ਹੋਣੀਆਂ ਚਾਹੀਦੀਆਂ ਨੇ, ਕਿਹੜੀਆਂ ਕਿਹੜੀਆਂ ਸੈਕੂਲਰ ਪਾਰਟੀਆਂ? ਭਾਜੀ ਜੋ ਧਰਮ ਦੀ ਰਾਜਨੀਤੀ ਨਹੀਂ ਕਰਦੀਆਂ ਕਿਹੜੀਆਂ ਕਿਹੜੀਆਂ? ਭਾਜੀ ਕੋਈ ਬਹੁਤ ਸਾਰੀਆਂ ਪਾਰਟੀਆਂ ਨੇ ਜਿਹੜੀ ਧਰਮ ਦੀ ਰਾਜਨੀਤੀ ਨਹੀਂ ਕਰਦੀਆਂ, ਭਾਜੀ ਸੈਕੂਲਰ ਪਾਰਟੀਆਂ ਜੋ ਦੇਸ਼ ਵਾਸਤੇ ਕੰਮ ਕਰੀਆਂ, ਇਹਨਾਂ ਵਾਂਗੂ ਥੋੜ੍ਹੀ ਹੈ ਤੁਸੀਂ ਤੁਸੀਂ ਕਾਂਗਰਸ ਵੀ ਦਾਵਾ ਕਰਦੀ ਹੈ ਅਸੀਂ ਸੈਕੂਲਰ ਹਾਂ, ਤੇ ਦਾਵਾ ਤਾਂ ਮੈਨੂੰ ਨਾ, ਮੈਂ ਤੁਸੀਂ ਕਾਂਗਰਸ ਕਾਂਗਰਸ ਕਿਉਂ ਕਰੀ ਜਾਂਦੇ ਹੋ, ਕੀ ਕਹਾਉਣਾ ਕੀ ਚਾਹਣਾ ਹੈ? ਨਹੀਂ ਨਹੀਂ, ਉਹ ਜ਼ੀਰ ਦੇਸ਼ ਦੀ ਰਾਜਧਾਨੀ 'ਚ ਸਾਡੀ ਸਰਕਾਰ ਹੈ, ਕਾਂਗਰਸ ਕੋਲੇ ਨਾ MLA ਹੈ ਨਾ MP ਹੈ, ਇਦੋਂ ਵੱਧ ਤਰਾਸ਼ ਦੀ ਹੋਰ ਕੀ ਹੋਊਗੀ? ਜਿੱਥੇ ਉਹਨਾਂ ਦੇ ਪ੍ਰਧਾਨ ਉਹਨਾਂ ਦੇ ਕਿੰਗ ਮੇਕਰ ਰਹਿੰਦੇ ਨੇ, ਉੱਥੇ ਉਹਨਾਂ ਕੋਲੇ ਕੋਈ ਸੀਟ ਨਹੀਂ ਹੈਗੀ। ਸੋ ਇਸ ਤੋਂ ਬਾਅਦ ਹੁਣ ਤੁੱਕਾ ਇਹਦੇ ਨੇ ਤਾਂ BJP ਵਾਲੇ 3 ਹੈਗੇ ਨੇ, ਚਲੋ ਸਕੂਟਰ 'ਤੇ ਆ ਜਾਣ, ਭਾਵੇਂ ਇਸ ਤਰ੍ਹਾਂ ਟ੍ਰਿਪਲ ਰਾਈਡਿੰਗ ਵੀ ਉਹਨਾਂ ਵਾਸਤੇ ਅਪਲਾਈ ਕਰ ਦਾਂਗੇ, ਕਿਉਂਕਿ ਮੋਦੀ ਸਾਹਿਬ ਕਹਿੰਦੇ ਸੀ ਨਾ ਕਿ ਕਾਂਗਰਸ ਵਾਲੇ 44 ਰਹਿ ਗਏ, ਜੇ ਤੋ ਮਿੰਨੀ ਬੱਸ ਮੇਂ ਵੀ ਆ ਸਕਤੇ ਹੈ, ਤੋ ਉਨਕੇ ਆਪਣੇ ਸਕੂਟਰ ਪੇ ਵੀ ਆ ਸਕਤੇ ਹੈ, ਤੋ ਪ੍ਰਾਊਡ ਨਹੀਂ ਕਰਨਾ ਚਾਹੀਏ। ਹਮ ਆਮ ਆਦਮੀ ਪਾਰਟੀ ਇੱਕ ਅੰਦੋਲਨ ਸੇ ਨਿਕਲੀ ਹੋਈ ਪਾਰਟੀ ਹੈ, ਔਰ ਆਮ ਆਦਮੀ ਪਾਰਟੀ ਦੇਸ਼ ਕੀ ਵਿਵਸਥਾ ਕੋ ਬਦਲਨੇ ਕੇ ਅਹਿਦ ਸੇ ਆਈ ਹੈ। ਹਮ ਲੋਕ ਨੌਨ ਪੋਲੀਟੀਕਲ ਬੈਕਗ੍ਰਾਊਂਡ ਸੇ, ਪ੍ਰੋਫੈਸਰ ਸਾਹਿਬ ਹੈ, ਇਹ ਪ੍ਰਿੰਸੀਪਲ ਸਾਹਿਬ ਹੈ ਹਮਾਰੇ, ਇਹ MLA ਬੁਢਲਾਡਾ ਹੈ, ਇਹ ਪ੍ਰੋਫੈਸਰ ਹੈ, ਇਹ ਵਕੀਲ ਹੈ, ਮੈਂ ਆਰਟਿਸਟ ਹੂੰ, ਹਮਾਰੇ ਬਹੁਤ ਸੇ ਲੋਕ ਜੋ ਹੈ ਸਟੂਡੈਂਟ ਵੀ ਹਮਾਰੇ MLA ਹੈ, ਤੋ ਹਮ ਨੌਨ ਪੋਲੀਟੀਕਲ ਬੈਕਗ੍ਰਾਊਂਡ ਵਾਲੇ ਲੋਕ ਹੈ, ਹਮ ਰਾਜਨੀਤ ਜੇ ਤਿਕੜਮਬਾਜ਼ੀਆਂ ਕਰਨੇ ਨਹੀਂ ਆਏ, ਇੱਕ ਹੀ ਹਮਾਰੇ ਪਾਸ ਥਾ ਪੋਲੀਟੀਕਲ, ਆ ਵੋਈ ਬਿੰਨੀ ਕੀ ਤਰ੍ਹਾਂ ਵੋਈ ਅਲੱਗ ਹੈ। ਖੈਰਾ ਭਾਈ, ਐਕਸੀਡੈਂਟਲ ਇੱਕ ਫਿਲਮ ਆਈ ਹੈ, ਐਕਸੀਡੈਂਟਲ ਪ੍ਰਾਈਮ ਮਿਨਿਸਟਰ, ਜਿਹਦੇ 'ਚ ਕੀ ਦਿਖਾਇਆ ਗਿਆ? ਭਾਜੀ ਦੇਖੋ, ਇੱਕ ਕਾਂਗਰਸ 'ਤੇ ਫਿਲਮ ਬਣੀ ਹੈ, ਇੱਕ ਕਾਂਗਰਸ ਵਾਲਿਆਂ ਤੋਂ ਜਵਾਬ ਲਓ, ਨਾ ਮੈਂ ਸੈਂਸਰ ਬੋਰਡ 'ਚ ਹਾਂ ਅਤੇ ਨਾ ਹੀ ਮੈਂ ਕੋਈ ਪੋਲੀਟੀਕਲ ਫਿਲਮਾਂ ਦਾ ਰਿਵਿਊ ਕਰ